ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਬੀਤੀ ਰਾਤ ਕੋਟਕਪੂਰਾ 'ਚ ਉਸ ਸਮੇਂ ਸਹਿਮ ਦਾ ਮਾਹੌਲ ਹੋ ਗਿਆ ਜਦੋਂ ਵਿਆਹ ਦੌਰਾਨ ਖੁਸ਼ੀ ਨਾਲ ਜਾਗੋ ਕੱਢੀ ਜਾ ਰਹੀ ਸੀ। ਜਾਗੋ ਮੌਕੇ ਕਾਰ 'ਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ 16 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਤੌਰ 'ਤੇ ਫੱਟੜ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਇਹਨਾਂ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਾ ਦਿੱਤਾ ਪਰ ਹਾਲਾਤ ਨਾਜ਼ੁਕ ਹੋਣ ਕਰਕੇ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮ੍ਰਿਤਕ ਬੱਚੇ ਦੀ ਪਹਿਚਾਣ ਲਵਪ੍ਰੀਤ ਵਜੋਂ ਹੋਈ ਹੈ ਜਿਸ ਦੀ ਛਾਤੀ 'ਚ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਆਹ 'ਤੇ ਗਿਆ ਸੀਗਾ ਜੀ, ਮਾਰਨ ਉੱਥੇ ਕਿਸੇ ਹੋਰ ਨੂੰ ਆਏ ਸੀਗੇ, ਵੱਜ ਗਈਆਂ ਮੇਰੇ ਨਾਲ। ਕਾਹਦੇ 'ਤੇ ਆਏ ਸੀ ਤੁਹਾਨੂੰ ਪਤਾ ਲੱਗਾ ਕੁਛ? ਪਤਾ ਨਹੀਂ ਜੀ ਮੈਨੂੰ, ਮੈਂ ਘਰੇ ਸੀਗਾ। ਅਤੇ ਇਹਦੇ 'ਚ ਜਿਹੜੀ ਗੋਲੀ ਵੱਜੀ ਉਹ ਕਹਿੰਦੇ ਵੱਜੀ ਹੈ? ਮੇਰੇ ਬੇਟੇ ਦੇ ਜੀ। ਕੀ ਨਾਂ ਕਿਸ ਨਾਂ? ਲਵਪ੍ਰੀਤ ਵਰਮਾ। ਉਹਦੀ ਕੀ ਹੁਣ ਮਤਲਬ ਕੀ ਪੁਜੀਸ਼ਨ ਆ ਉਹਦੀ? ਐਡ ਹੈ ਜੀ। ਅਤੇ ਇੱਕ ਹੋਰ ਵੀ ਦੱਸਿਆ ਜਾਂਦਾ ਕਿ ਇੱਕ ਲੜਕੇ ਦੀ ਹੋਰ ਵੀ ਗੋਲੀ ਵੱਜੀ ਹੈ? ਉਹ ਤਾਂ ਪਤਾ ਨਹੀਂ ਗਾ, ਉਹਦੇ ਵੀ ਵੱਜੀਆਂ ਗੋਲੀਆਂ ਤਾਂ ਉਸਦੇ ਵੀ ਵੱਜੀਆਂ ਜੀ। ਹਾਂਜੀ, ਉਹਦੀ ਕਿਵੇਂ ਹਾਲਤ ਹੁਣ? ਉਹਦਾ ਵੀ ਸੀਰੀਅਸ ਹੀ ਆ ਕੰਮ ਜੀ। ਲੇਟ ਨਾਈਟ ਪ੍ਰੋਗਰਾਮ ਚੱਲ ਰਿਹਾ ਸੀ ਜਾਗੋ ਦਾ ਫੰਕਸ਼ਨ, ਜਿੱਥੇ ਕੁਛ ਲੋਕਾਂ ਨੇ ਆ ਕੇ ਫਾਇਰਿੰਗ ਕੀਤੀ ਹੈ ਅਤੇ ਦੋ ਲੋਕ ਫੱਟੜ ਹੋ ਗਏ, ਉਹ ਫਰੀਦਕੋਟ ਮੈਡੀਕਲ ਕਾਲਜ 'ਚ ਐਡਮਿਟ ਕੀਤੇ ਜਿੱਥੇ ਇੱਕ ਲਵਪ੍ਰੀਤ ਲੜਕਾ 16 ਸਾਲ ਦੀ ਜਿਹਦੀ ਡੈਥ ਹੋ ਚੁੱਕੀ ਹੈ। ਜਿਹੜੇ ਲੜਕੇ ਫਾਇਰਿੰਗ ਕਰਨ ਆਏ ਸੀ ਉਹ ਬਠਿੰਡਾ ਪਹਿਲਾਂ ਐਡਮਿਟ ਹੋਇਆ ਹੋਸਪਿਟਲ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਕਾਲਜ 'ਚ ਰੈਫਰ ਕੀਤਾ ਗਿਆ। ਜਿਹੜੇ ਜਿਹੜੇ ਵਿਅਕਤੀਆਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਖਿਲਾਫ਼ ਅਸੀਂ ਕੇਸ ਰਜਿਸਟਰਡ ਕਰ ਦਿੱਤਾ, ਨੈਕਸਟ ਤਫਤੀਸ਼ ਚੱਲ ਰਹੀ ਹੈ। ਅੰਕੁਸ਼ ਨਾਂ ਦਾ ਲੜਕਾ ਅਰੋੜਾ, ਪਹਿਲਾਂ ਵੀ ਕਾਫ਼ੀ ਕੇਸ ਰਜਿਸਟਰਡ ਹੋਏ ਆ ਇਸ ਗਰੁੱਪ ਦਾ, ਅਤੇ ਜਿਹੜੇ ਲੜਕੇ ਗੁਰਲਾਲ ਗਰੁੱਪ ਆਏ ਸੀਗੇ ਫਾਇਰਿੰਗ ਕਰਨ, ਜਿਨ੍ਹਾਂ ਨੇ ਦੱਸਿਆ ਕਿ ਕੋਈ ਭੋਲਾ ਸ਼ੂਟਰ ਨਾਂ ਦਾ ਵਿਅਕਤੀ ਵੱਲੋਂ ਉਹਨਾਂ ਨੂੰ ਕਾਲ ਕੀਤੀਆਂ ਜਾ ਰਹੀਆਂ ਸੀਗੀਆਂ ਅਤੇ ਇਸ ਅਟੈਕ ਕਰਨ ਲਈ, ਉਹ ਅਸੀਂ ਸਾਰੀ ਤਫਤੀਸ਼ ਕਰ ਰਹੇ ਹਾਂ। ਇਸ ਗਰੁੱਪ ਗੁੰਡਾਗਰਦੀ ਹੋਈ ਹੈ, ਫਾਇਰਿੰਗ ਹੋਈ ਹੈ, ਦੋਨੋਂ ਸਾਈਡਸ ਤੋਂ ਹੋਈ ਹੈ, ਦੋਨੇ ਗਰੁੱਪ ਦੇ ਵਿਅਕਤੀ ਫੱਟੜ ਨੇ, ਜਿਨ੍ਹਾਂ ਵਿੱਚੋਂ ਇੱਕ ਲਵਪ੍ਰੀਤ ਦੀ ਡੈਥ ਹੋ ਚੁੱਕੀ ਆ, ਬਾਕੀ ਹੋਸਪਿਟਲ 'ਚ ਐਡਮਿਟ ਨੇ। ਜੋ ਵੀ ਇਹਨਾਂ ਦੇ ਵਿੱਚ ਹੋਰ ਵੀ ਬੰਦੇ ਇਨਵੋਲਵ ਹੁੰਦੇ ਆ ਜਾਂ ਸਾਹਮਣੇ ਆਉਂਦੇ ਉਹਨਾਂ ਦੇ ਅਗੇਂਸਟ ਕਾਰਵਾਈ ਅਮਲ 'ਚ ਲਿਆਉਂਦੀ ਜਾਊਗੀ। ਮਾਮਲੇ ਦੀ ਜਾਂਚ ਕਰ ਰਹੇ ਫਰੀਦਕੋਟ ਦੀ ਐਸਪੀ ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਬੀਤੀ ਰਾਤ ਕੋਟਕਪੂਰਾ ਵਿਖੇ ਦੋ ਧਰਾਮਣ ਸਾਹਮਣੇ ਹੋ ਗਏ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ, ਇੱਕ ਮੁੰਡੇ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਹ ਫਾਇਰਿੰਗ ਬਦਮਾਸ਼ ਭੋਲਾ ਸ਼ੂਟਰ ਗਰੁੱਪ ਦੇ ਰਣਯੋਧ ਤੇ ਗੁਰਲਾਲ ਵਜੋਂ ਕੀਤੀ ਗਈ ਹੈ, ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਲਵਪ੍ਰੀਤ ਦੇ ਪਿਤਾ ਅਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਨੇੜੇ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਸੀ। ਵਿਆਹ ਤੋਂ ਪਹਿਲਾਂ ਜਾਗੋ ਦੀ ਰਸਮ ਚੱਲ ਰਹੀ ਸੀ ਕਿ ਅਚਾਨਕ ਉੱਥੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਇਸ ਹਮਲੇ ਕਾਰਨ ਆਸ਼ੂ ਜ਼ਖਮੀ ਹੋ ਗਿਆ, ਜਦਕਿ ਮੇਰੇ ਪੁੱਤਰ ਨੂੰ ਗੋਲੀਆਂ ਦੀ ਲਪੇਟ 'ਚ ਆ ਗਿਆ। ਉਹਨਾਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਲੋਕ ਕੌਣ ਸੀ ਤੇ ਕਿੱਥੋਂ ਆਏ ਸੀ, ਇਹਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।